ਸ੍ਰੀ ਅਨੰਦਪੁਰ ਸਾਹਿਬ ਦੇ ਗੁਰਦੁਆਰਾ ਸ੍ਰੀ ਕੇਸਗੜ੍ਹ ਸਾਹਿਬ ਦੇ ਕੋਲ ਬਣੀ ਮਾਰਕੀਟ ਨੂੰ ਅੱਜ ਸਵੇਰੇ ਤੜਕਸਾਰ ਭਿਆਨਕ ਅੱਗ ਲੱਗਣ ਕਰਕੇ ਵੱਡੀ ਪੱਧਰ ਤੇ ਨੁਕਸਾਨ ਹੋਇਆ ਹੈ। ਇਹ ਅੱਗ ਇੰਨੀ ਭਿਆਨਕ ਸੀ ਕਿ ਪਲਾਂ 'ਚ ਹੀ ਪੂਰੀ ਦੀ ਪੂਰੀ ਮਾਰਕੀਟ ਸੜ ਕੇ ਸਵਾਹ ਹੋ ਗਈ। ਇਸ ਅੱਗ 'ਚ ਨਾ ਸਿਰਫ 40 ਤੋਂ ਵੱਧ ਦੁਕਾਨਾਂ ਸੜੀਆਂ ਹਨ, ਬਲਕਿ 2 ਟਿੱਪਰ ਅਤੇ 2 ਗੱਡੀਆਂ ਵੀ ਇਸ ਅੱਗ ਦੀ ਲਪੇਟ 'ਚ ਆਈਆਂ ਹਨ। ਜਾਣਕਾਰੀ ਮੁਤਾਬਕ ਜਿਸ ਵੇਲੇ ਹਾਦਸਾ ਵਾਪਰਿਆ ਲੋਕ ਸੁੱਤੇ ਪਏ ਸਨ ਅਤੇ ਅਚਾਨਕ ਇੱਕ ਦੁਕਾਨ 'ਚ ਰੱਖੇ ਸਿਲੰਡਰ ਦੇ ਫਟਣ ਨਾਲ ਹੋਏ ਧਮਾਕੇ ਦੀ ਆਵਾਜ਼ ਸੁਣ ਕੇ ਲੋਕ ਜਾਗ ਗਏ। ਇਲਾਕੇ 'ਚ ਕੋਈ ਵੀ ਫਾਇਰ ਬ੍ਰਿਗੇਡ ਨਾ ਹੋਣ ਕਰਕੇ ਰੋਪੜ ਤੇ ਨੰਗਲ ਤੋਂ ਫਾਇਰ ਬ੍ਰਿਗੇਡ ਬੁਲਾਈ ਗਈ, ਪਰ ਉਸਦੇ ਪਹੁੰਚਣ ਤੱਕ ਕਾਫੀ ਨੁਕਸਾਨ ਹੋ ਚੁੱਕਾ ਸੀ। ਲੋਕਾਂ ਦੀਆਂ ਨਜ਼ਰਾਂ ਦੇ ਸਾਹਮਣੇ ਹੀ ਉਹਨਾਂ ਨੇ ਦੁਕਾਨਾਂ ਸੜ ਕੇ ਸਵਾਹ ਹੋ ਗਈਆਂ। ਤੁਹਾਨੂੰ ਦੱਸ ਦਈਏ ਕਿ ਇਤਿਹਾਸਕ ਸਥਾਨ ਹੋਣ ਕਰਕੇ ਸ੍ਰੀ ਅਨੰਦਪੁਰ ਸਾਹਿਬ 'ਚ ਰੋਜ਼ਾਨਾ ਵੱਡੀ ਗਿਣਤੀ 'ਚ ਸਿੱਖ ਸ਼ਰਧਾਲੂ ਆਉਂਦੇ ਹਨ, ਪਰ ਇੱਥੇ ਫਾਇਰ ਬ੍ਰਿਗੇਡ ਦਾ ਕੋਈ ਵੀ ਪ੍ਰਬੰਧ ਨਹੀਂ ਹੈ। ਅੱਜ ਸਵੇਰੇ ਤੜਕਸਾਰ ਵਾਪਰੀ ਇਸ ਘਟਨਾ ਤੋਂ ਬਾਅਦ ਪੰਜਾਬ ਵਿਧਾਨ ਸਭਾ ਸਪੀਕਰ ਰਾਣਾ ਕੇਪੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਵੀ ਹਾਲਾਤ ਦਾ ਜਾਇਜ਼ਾ ਲਿਆ ਹੈ। ਪੀੜਤ ਦੁਕਾਨਦਾਰਾਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਰਾਣਾ ਕੇਪੀ ਨੇ ਕਿਹਾ ਹੈ ਕਿ ਦੁਕਾਨਦਾਰਾਂ ਨੂੰ ਜਲਦੀ ਹੀ ਬਣਦਾ ਮੁਆਵਜ਼ਾ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਪਾਰਕਿੰਗ ਦੀ ਵਜ੍ਹਾ ਕਰਕੇ ਲੱਗੀ ਹੈ ਜੀ। ਅੱਛਾ, ਇਹਦਾ ਨੁਕਸਾਨ ਪੂਰੀ ਮਾਰਕੀਟ ਦਾ ਲਾਓਗੇ ਤਾਂ ਕਰੋੜਾਂ ਦਾ ਪਲੱਸ ਹੈ। ਕਿੰਨੇ ਕੁ ਵਜੇ ਲੱਗੀ? ਇਹ 3:10 ਤੇ ਅੱਗ ਲੱਗੀ ਜੀ। ਤੁਸੀਂ ਫਿਰ ਪੁਲਿਸ ਨੂੰ ਫੋਨ ਕੀਤਾ ਜਾਂ? ਹਾਂਜੀ, ਪੁਲਿਸ ਨੂੰ ਵੀ ਫੋਨ ਕੀਤਾ, ਪੁਲਿਸ ਉਸੇ ਟਾਈਮ ਹੈਗੀ। ਪ੍ਰਸ਼ਾਸਨ ਜਿਹੜਾ ਬਹੁਤ ਲੇਟ ਆਇਆ, ਲਗਭਗ 1 ਘੰਟਾ 10 ਮਿੰਟ ਬਾਅਦ ਆਇਆ। ਠੀਕ ਹੈ। ਫਾਇਰ ਬ੍ਰਿਗੇਡ ਆਉਣ 'ਚ ਕਿੰਨਾ ਕੁ ਸਮਾਂ ਲੱਗਿਆ ਜੀ ਤੁਹਾਡੇ? 1 ਘੰਟਾ 10 ਮਿੰਟ। ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ? ਸਾਡਾ ਲਗਭਗ 18 ਤੋਂ 20 ਲੱਖ ਰੁਪਏ ਦਾ ਜਿਹੜਾ ਇਕੱਲਾ ਮਾਲ ਮਾਲ ਦਾ ਨੁਕਸਾਨ ਹੋਇਆ ਬਾਰਦਾਨੇ ਨੂੰ ਛੱਡ ਕੇ। ਜਵਾਬ ਦੇ ਦੋ, ਸਾਡੀ ਫੈਸਿਲਿਟੀ ਵਾਸਤੇ ਆਇਆ ਸੀਗਾ, ਉਹਦਾ ਕੋਈ ਸਾਡੇ ਕੋਲ ਹੱਲ ਹੈ ਨੀ ਗਾ, ਨਾ ਸਾਨੂੰ ਉਹਦਾ ਪਤਾ ਲੱਗਿਆ ਕਿੱਥੇ ਆ ਉਹ। ਕੀ ਮੰਨਦੇ ਜੀ, ਕਿਹਨੂੰ ਜ਼ਿੰਮੇਵਾਰ ਮੰਨਦੇ ਜਿੱਦਾਂ ਅੱਗ ਲੱਗੀ ਅੱਜ ਨੁਕਸਾਨ ਕਰੋੜਾਂ 'ਚ ਹੋ ਗਿਆ? ਇਹ ਪ੍ਰਸ਼ਾਸਨ ਅਤੇ SBG ਜੋ ਵੀ ਤੁਸੀਂ ਕਹਿੰਦੇ ਹੋ ਉਹਨੂੰ, SGPC ਨੂੰ। ਹਾਂਜੀ, ਨਹੀਂ SGPC ਨੂੰ ਹੁਣ ਜਿਹੜਾ ਤੁਹਾਡਾ ਨੁਕਸਾਨ ਹੋਇਆ ਇਹਦੇ ਬਾਰੇ ਕੀ ਕਹੋਗੇ, ਕਿ ਮੁਆਵਜ਼ਾ ਮੰਗੋਗੇ ਸਰਕਾਰ ਤੋਂ ਜਾਂ ਇਹਨਾਂ ਤੋਂ, ਕੀ ਵੀ ਤੁਹਾਡਾ ਨੁਕਸਾਨ ਜਿਹੜਾ ਹੋਇਆ ਹੈਗਾ ਇਹਨਾਂ ਦੀ ਵਜ੍ਹਾ ਕਰਕੇ ਹੋਇਆ ਹੈਗਾ? ਉਹ ਤਾਂ ਮੰਗਾਂਗੇ ਅਸੀਂ, ਰੁਜ਼ਗਾਰ ਦਾ ਮੰਗਣਾ ਸਾਡਾ ਹੱਕ ਹੈ, ਦੇਣਾ ਉਹਨਾਂ ਦਾ। ਹੁਣ ਇਹ ਅੱਗ ਕਿਉਂ ਲੱਗੀ ਹੈ, ਕਿਵੇਂ ਸ਼ੁਰੂ ਹੋਈ ਹੈ, ਇਹਦਾ ਤਾਂ DC ਸਾਹਿਬ ਬਾਕੀ ਅਫਸਰ ਸਾਹਿਬਾਨ ਇਹਨੂੰ ਦੇਖਣਗੇ, ਇਹਦੀ ਇਨਕੁਆਇਰੀ ਕਰਨਗੇ ਕਿ ਆਖਿਰ ਐਸਾ ਭਿਆਨਕ ਹਾਦਸਾ ਕਿਉਂ ਹੋਇਆ। ਲੇਕਿਨ ਸਾਡੀ ਜਿਹੜੀ ਹਮਦਰਦੀ ਹੈ ਉਹ ਸਮੂਹ ਹੈ, ਜਿਤਨੇ ਵਪਾਰੀ ਹੈ ਦੁਕਾਨਦਾਰ ਹੈ ਉਹਨਾਂ ਦੇ ਨਾਲ ਹੈ, ਔਰ ਅਸੀਂ ਪੂਰੀ ਕੋਸ਼ਿਸ਼ ਕਰਨੀ ਹੈ ਸਰਕਾਰ ਵੱਲੋਂ ਵੱਧ ਤੋਂ ਵੱਧ ਜੋ ਮਦਦ ਹੋਏਗੀ ਉਹ ਅਸੈਸ ਕਰਕੇ DC ਸਾਹਿਬ SGM ਸਾਹਿਬ ਸੂਬਾ ਸਰਕਾਰ ਨੂੰ ਭੇਜਣਗੇ, ਔਰ ਅਸੀਂ ਉਹਦੇ 'ਚ ਵੱਧ ਤੋਂ ਵੱਧ ਮਦਦ ਕਰਾਂਗੇ। ਇਹ ਅਸੀਂ ਇਮੀਡੀਏਟਲੀ ਉਹ ਕਰ ਦੇਣਾ ਜੋ ਕਰਨਾ, ਇਹ ਤਾਂ ਜੈਸੀ ਅਸੈਸਮੈਂਟ ਹੁੰਦੀ ਹੈ ਉਹ ਫੌਰੀ ਤੌਰ 'ਤੇ ਕਰ ਦੇਣਾ। ਉਹ ਵਿਚਾਰ ਕਰਾਂਗੇ, ਉਹ ਵਿਚਾਰ ਕਰਾਂਗੇ। ਉੱਧਰ ਮੌਕੇ 'ਤੇ ਪਹੁੰਚੇ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੇ ਆਦੇਸ਼ ਤੋਂ ਬਾਅਦ ਇੱਥੇ ਪਹੁੰਚੇ ਹਨ। ਉਹਨਾਂ ਕਿਹਾ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਨਾਲ ਮਿਲ ਕੇ ਸਾਰੀ ਰਿਪੋਰਟ ਤਿਆਰ ਕੀਤੀ ਜਾਵੇਗੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਪੀੜਤਾਂ ਦੀ ਮਦਦ ਕਰਨ ਲਈ ਵਿਚਾਰ ਕੀਤੀ ਜਾਵੇਗੀ। ਜਿਹੜੀ ਅੱਗੇ ਜਦੋਂ ਕੋਈ ਇਸ ਤਰ੍ਹਾਂ ਦੀ ਸਿਚੁਏਸ਼ਨ ਵਾਪਰਦੀ ਆ ਉਹਦੇ ਲਈ ਅੱਗੇ ਉਪਾਅ ਬਣਾਏ ਜਾਂਦੇ ਨੇ, ਇਸ ਕਿਸਮ ਦੀ ਵਿਵਸਥਾ ਹੋਣੀ ਚਾਹੀਦੀ ਆ, ਇਹਦਾ ਵੀ ਪ੍ਰਬੰਧ ਕਰਾਂਗੇ, ਕਿਉਂਕਿ ਇਸ ਕਿਸਮ ਦੇ ਜਿਹੜੇ ਜਦੋਂ ਕੋਈ ਘਟਨਾ ਵਾਪਰਦੀ ਆ ਫਿਰ ਉਹਦੇ 'ਚ ਅੱਗੇ ਇਲਾਜ ਲੱਭੇ ਜਾਂਦੇ ਨੇ, ਔਰ ਮੈਂ ਸਮਝਦਾ ਕਿ
ਪੱਕੀਆਂ ਦੁਕਾਨਾਂ ਹੀ ਜ਼ਰੂਰੀ ਨੇ, ਪਰ ਹੁਣ ਤੁਸੀਂ ਦੇਖਿਆ ਹੋਣਾ ਨੁਕਸਾਨ ਜਿਹੜਾ ਹੋਇਆ ਪੱਕੀਆਂ ਦੁਕਾਨਾਂ 'ਚ ਵੀ ਹੋ ਗਿਆ, ਪੱਕੀਆਂ ਦੁਕਾਨਾਂ 'ਤੇ ਸ਼ਟਰ ਲੱਗ ਗਏ, ਉੱਥੇ ਨੁਕਸਾਨ ਹੋ ਗਿਆ। ਉਹ ਇਹਨਾਂ ਹੁਣ ਅਸੀਂ ਸੰਜੀਦਗੀ ਨਾਲ ਜ਼ੋਰ ਨਾਲ ਸਖਤੀ ਨਾਲ ਨਿਯਮ ਲਾਗੂ ਕਰਨ ਲਈ ਔਰ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਪ੍ਰਬੰਧਕਾਂ ਨੂੰ ਵੀ ਕਹਾਂਗੇ ਕਿ ਅੱਗੇ ਲਈ ਕੋਈ ਕਤਾਹੀ ਨਾ ਹੋਵੇ, ਇਹਦੇ ਲਈ ਕੋਈ ਠੋਸ ਨਿਯਮ ਬਣ। ਕਿਰਾਇਆ ਮਾਫ ਕਰਨ ਦੀ ਗੱਲ ਕੀਤੀ, ਸ਼੍ਰੋਮਣੀ ਕਮੇਟੀ ਤਾਂ ਕਿਰਾਇਆ ਹੀ ਮਾਫ ਕਰਦੇ, ਉਹੀ ਬਹੁਤ ਵੱਡੀ ਗੱਲ ਆ, ਅਤੇ ਜਿਹੜਾ ਜਿੱਥੇ ਤੱਕ ਮੁਆਵਜ਼ੇ ਦੀ ਗੱਲ ਆ ਉਹ ਤਾਂ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਹੀ ਮੁਆਵਜ਼ਾ ਦਿਵਾਇਆ ਜਾਏਗਾ। ਸ਼੍ਰੀ ਅਨੰਦਪੁਰ ਸਾਹਿਬ ਤੋਂ ਬਿਮਲ ਕੁਮਾਰ ਦੀ ਰਿਪੋਰਟ, ਪੰਜਾਬ ਟੂਡੇ।